बंद कराई डेक डेक बंद करा दे। हां हूं ठीक आ। लै भी कहिंदे को साहब आप अगे होए ने लखी मान टाइम चली जांदा गा देखदे की गल बात है। जागी ड्राइवर दा सरदार साहब अज आप बैठे ने। चल चल मुंडिया नंबर लै गया जमा सिरा गल बात होगी। चल बस हूं एक चल करी गाह कर ला पैना जमा सिरा लग्या पिया सी ओ गाह कर ला जमा बिच कराती ओए 32 सेकंटा च ओ पहला नंबर आ तेरा बाबे 32 सेकंटा च लै गया नंबर भाई अज लखी सारे। लै मान साहब होर दस हूं अज कल आप बनाई सी तीन वीडियो। हाँ जी एक दे मन के चल 56 कुछ 52 कुछ 58 एक मिनट तुसी 32 सेकंटा दे विच ट्राली पाई हैगी ਆ ਤੁਹਾਡੇ ਡਰਾਈਵਰ ਸਾਹਿਬ ਇਹਨਾਂ ਦੇ ਵੀ ਕੱਲ ਵੀਡੀਓ ਆ ਚੁੱਕੀ ਹੈ। ਹੋਰ ਕੀ ਕਹਿਣਾ ਚਾਹੁੰਦੇ ਕਿਸਾਨ ਵੀਰਾਂ ਨੂੰ ਕਿਹੜੀਆਂ ਚੀਜ਼ਾਂ ਦਾ ਗੌਰ ਰੱਖਣ ਵੈਰਿੰਗ ਨਾ ਗਰਮ ਹੋਣ ਤੋਂ ਪਹਿਲੀ ਨੰਬਰ ਤਾਂ ਇਹ ਆ ਵੈਰਿੰਗ ਤੋਂ ਅੱਗ ਪੈਂਦੀ ਆ। ਠੀਕ ਹੈ ਹਜੇ ਬਹੁਤ ਕਣਕ ਖੜੀ ਆ ਮਸ਼ੀਨ ਗੌਰ ਨਾ ਚਲਾਓ ਇੱਕ ਦੋ ਟਰਾਲੀਆਂ ਭਰ ਕੇ ਵੈਰਿੰਗ ਤੇ ਹੱਥ ਮਾਰੋ। ਠੀਕ ਹੈ ਠੀਕ ਹੈ ਬੈਲਟਾਂ ਬੁਲਟਾਂ ਦੇਖੋ ਕਿਤੇ ਪਾਸੋਂ ਗਰਮ ਨਾ ਹੋਣ। ਠੀਕ ਹੈ ਬਾਕੀ ਰੀਲ ਚੈੱਕ ਕਰੋ ਰੀਲ ਤੋਂ ਵੀ ਅੱਗ ਪੈਂਦੀ ਆ ਮੂਰੇ ਕਈ ਵਾਰ ਬਲੇਡ ਟੁੱਟ ਜਾਂਦਾ ਅੱਛਾ ਗੌਰ ਕਰੋ। ਠੀਕ ਹੈ ਉਦੋਂ ਵੀ ਅੱਗ ਪੈਂਦੀ ਆ। ਇੱਕ ਯਾਰ ਮਾਨ ਸਾਹਿਬ ਤੁਹਾਨੂੰ ਮੈਂ ਗੱਲ ਕਹਾਂ ਹਨਾ ਡੈਕ ਦੀ ਬਾਜ ਭਲੀ ਰੱਖ ਦੋ ਬਈ ਜੀ ਨਹੀਂ ਲੱਗਦਾ ਡੈਕ ਬਿਨਾ ਜੀ ਤਾਂ ਲੱਗਦਾ ਨਹੀਂ ਤੈਨੂੰ ਫੜ ਕੇ ਨਹੀਂ ਸੁਣਦਾ ਮਗਰ ਕੀ ਹੋ ਜਾਂਦਾ ਹਰ ਕਰਦੀ ਨਹੀਂ ਮਸ਼ੀਨ ਲੱਤੇ ਸੁਣ ਨਹੀਂ ਨਹੀਂ ਜਦੋਂ ਗੜਕਾ ਚੈੱਕ ਕਰੀ ਚੱਲੇ ਚੈੱਕ ਕਰਕੇ ਚੜਦੇ ਆ ਜੀ ਮਸ਼ੀਨ ਜੀ ਮੈਂ ਨੋਟ ਕੀਤਾ ਗੱਲ ਇਹ ਡੈਕ ਬਹੁਤ ਉੱਚੀ ਬਾਤ ਤੇ ਚੱਲਦਾ ਹੁੰਦਾ ਇਹਦੇ ਕੋਲ ਡੈਕ ਬਿਨਾ ਬਈ ਜੀ ਨਹੀਂ ਲੱਗਦਾ ਡੈਕ ਬਿਨਾ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤੇ ਹੁਣ ਹੋਰ ਕੋਈ ਗੱਲਬਾਤ ਕੀ ਕਹਿਣਾ ਚਾਹੁੰਦੇ ਹੋਗੇ ਹੋਰ ਬਸ ਕ੍ਰਾਸ ਚ ਧਿਆਨ ਰੱਖਿਆ ਕਰੋ ਉਹ ਵੀ ਗਰਮ ਹੋ ਜੀ ਕਈ ਵਾਰ ਡੱਬੀ ਨੂੰ ਕੋਈ ਅੱਗ ਪੈਣ ਦਾ ਡਰ ਰਹਿੰਦਾ। ਠੀਕ ਹੈ ਪਾਣੀ ਤਾਂ ਨਹੀਂ ਫੁੱਲ ਹੈ ਤੇਰੀ ਮਸ਼ੀਨ ਤੇ ਪਾਣੀ ਤਾਂ ਨਹੀਂ ਫੁੱਲ ਹੈ ਹਾਂ ਬਾਗਲੇ ਪਾਸੇ ਲਾਈ ਕੈਮੀ ਟਰਾਲੀ ਲਾਤੀ ਇਹ ਟਰਾਲੀ ਆਪਣੀ ਪੰਜਵੀਂ ਆ ਪੰਜਵੀਂ ਟਰਾਲੀ ਲਾ ਮਾਲਕ ਬੇਕਾਰ ਹੈ ਖੜਾ ਕੇ ਖੜ ਜਾਂਦੇ ਆ ਲਾ ਕੇ ਨਹੀਂ ਮੁੜਦੇ ਟਾਈਮ ਨਾਲ ਹਾਂ ਲਾ ਕੇ ਨਹੀਂ ਮੁੜਦੇ ਟਾਈਮ ਨਾਲ। ਠੀਕ ਆ ਚਲ ਭਾਈ ਸਿਹਤ ਹੀ ਆਇਆ ਕਰੋ ਮੁੰਡਿਓ ਆ ਕਹਿੰਦੇ ਵੀ ਮਸ਼ੀਨ ਵਾਲੇ ਖੜ ਜਾਂਦੀ ਆ ਮਸ਼ੀਨ ਮਸ਼ੀਨ ਮਸ਼ੂਨ ਨਾ ਖੜਨ ਦਿਆ ਕਰੋ ਬਹੁਤ ਖਰਚਾ ਪੈਂਦਾ ਸੀਜ਼ਨ 5 ਦਿਨਾਂ ਦੀ ਆ ਸਾਰੇ ਕੋਲੇ ਖਿੱਚ ਕੇ ਮੜਾ ਆ ਹਨਾ ਵੀ ਆਹੀ 4 ਪੈਸਿਆਂ ਦਾ ਦਿਨ ਨਾਲ ਫਿਰ ਇਹ ਮੁੜਦੀ ਨਹੀਂ ਹੁਣ ਕਿਤੇ ਲਾਉਂਗੇ ਕਹਿੰਦਾ ਸੀਗਾ ਲੈ ਵੀ ਆ ਦੇਖੋ ਇਧਰ ਦੱਸੀ ਕਹਾਂ ਦੱਸੀ ਦਾ ਓ ਯਾਰ ਤੁਸੀਂ ਇਹਨੂੰ ਡਰਾ ਇਹਨੂੰ ਫੜਾ ਲਿਆ ਕਰੋ ਮਸ਼ੀਨ ਮਸ਼ੂਨ ਮੈਨੂੰ ਫੜਾਉਂਦੀ ਨਹੀਂ ਯਾਰ ਮਸ਼ੀਨ ਮੈਂਤਾ ਕਰੀ ਜਾਂਦਾ ਰਹਿਣਾ ਮੈਂ ਇਹਨਾਂ ਦੇ ਆ ਕੰਪਲੇਂਟ ਆਈ ਆ ਕਹਿੰਦਾ ਮੈਨੂੰ ਮਸ਼ੀਨ ਨਹੀਂ ਫੜਾਉਂਦੇ ਮਸ਼ੀਨ ਨਹੀਂ ਫੜਾ ਰਹੇ ਯਾਰ ਇਹ ਹੀ ਅਣਜਾਣ ਹੈ ਇਹ ਜੇ ਕਹਿੰਦੇ ਬਈ ਬੰਦਾ ਮੈਂ ਕਰਾਚ ਚੁੱਕ ਪੈਣ ਚਲਾਈ ਕਿਹੜੀ ਮਸ਼ੀਨ ਆ ਤਾ ਉਹ 6 ਟਾਇਰ ਵਾਲੀ ਕਲੱਚ ਦੇਣਾ ਪੈਂਦਾ 6 ਟਾਇਰ ਵਾਲੀ ਮਸ਼ੀਨ ਕਿਹੜੀ ਆ ਉਹ ਲੱਗਾ ਇਹਨੂੰ ਜਦੋਂ ਹੋ ਗਿਆ ਉਹ ਚਲਾਈ ਆ ਮੈਂ 6 ਟਾਇਰ ਵਾਲੀ ਮਸ਼ੀਨ ਹਾਂ ਬਾ ਠੀਕ ਆ ਲੈ ਵੀ ਹੁਣ ਕਹਿੰਦਾ ਡਰਾਈਵਰ ਪੈ ਗਿਆ ਯਾਗੀ ਡਰਾਈਵਰ ਇਹ ਵੀਡੀਓ ਤੁਸੀਂ ਪਹਿਲਾਂ ਵੀ ਦੇਖੀ ਲੱਕੀ ਦਾ ਨੰਬਰ ਆ ਉਹਨੂੰ ਲੱਕੀ ਤੈਨੂੰ ਇਹ ਕੀ ਜੇਤੂ ਕਰਾਰ ਦਿੱਤਾ ਜਾਊਗਾ ਹਜੇ ਤਾਂ ਵੀਡੀਓ ਹੋਰ ਬਹੁਤ ਬਣਾਉਣੀਆਂ ਹੈਗੀਆਂ ਪਰ ਲੱਕੀ ਨੰਬਰ ਲੈ ਗਿਆ ਜਿਹੜਾ ਸਾਨੂੰ ਤੁਸੀਂ ਕਹਿੰਦੇ ਸੀ ਲੈ ਵੀ ਵੀਡੀਓ ਦੇਖਣ ਲਈ ਧੰਨਵਾਦ ਗੱਲਾਂ ਤਾਂ ਨੋਟ ਕਰਾਇਆ ਕਰੋ ਫਨਸਾਨ ਲਈ ਇਹ ਵੀਡੀਓ ਬਣਾ ਲੈਨੇ ਆ ਮਾੜਾ ਮੋਟਾ ਚੱਲ ਇੰਜੋਏ ਕਰ ਲੈਨੇ ਆਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਆਪਣੇ ਪੇਜ ਨੂੰ ਕਰਦਿਆ ਕਰੋ ਸਬਸਕ੍ਰਾਈਬ ਕਰ ਦਿਓ ਫੋਲੋ ਤੇ YouTube ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਮੈਨੂੰ ਵੀ ਘੱਟ ਹੀ ਕਹਿਣਾ ਹੁੰਦਾ ਗਾ ਤੇ ਲੈ ਵੀ ਹੁਣ ਡਰਾਈਵਰ ਬਦਲ ਗਿਆ ਪਸੰਦ ਆਇਆ ਤਾਂ ਪਲੀਜ਼ ਹਮਾਰੇ ਚੈਨਲ ਕੋ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਮਤ ਭੁਲੀਏ।